ਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ ਫਾਹਦ ਭਾਈ, ਕੀ ਹਾਲ ਹੈ? ਅੱਲਾ ਬਾਦ ਸ਼ੁਕਰ, ਠੀਕ ਠਾਕ। ਤੇ ਭਾਈਆ ਕੀ ਕਰ ਰਹੇ ਹੋ? ਭਾਈ ਪੱਠੇ ਵੱਢਣ ਲੱਗੇ ਜੀ। ਪੱਠੇ ਵੱਢਣ ਲੱਗੇ ਹੋ? ਹਾਂਜੀ। ਇਹ ਕੀ ਫਰਿਆ ਦਾ ਤੁਹਾਂ? ਇਹ ਦਾਤਰ ਫਰਿਆ ਦਾ ਜੀ। ਅੱਛਾ, ਦਾਤਰ ਨਾਲ ਪੱਠੇ ਵੱਢੀ ਦੇ ਨੇ? ਅੱਛਾ ਹਾਂਜੀ। ਤੇ ਇਹ ਕਿੰਨੇ ਕੁ ਪੱਠੇ ਵੱਢਦੇ ਹੋ ਦਾਤਰ ਨਾਲ? ਵੱਢ ਲਈਆਂ 2-3 ਪੰਡਾਂ। ਸਹੀ ਹੋ ਗਿਆ। ਦੱਸੋ ਹਾਂ ਜ਼ਰਾ, ਸਾਨੂੰ ਕਿੰਜ ਵੱਢਦੇ ਹੋ ਜ਼ਰਾ ਇਹਦੇ ਨਾਲ? ਤੁਹਾਨੂੰ ਬਖਾਉਂਦਾ ਦੇਖੋ। ਅੱਛਾ ਅੱਛਾ, ਵਾਕਈ ਯਾਰ ਇਹਦੇ ਨਾਲ ਤਾਂ ਬੜੀ ਜਲਦੀ ਹੁੰਦੀ ਹੈ ਯਾਰ। ਬਿਲਕੁਲ ਬਿਲਕੁਲ, ਮਲਿਕ ਸਾਹਿਬ ਆਏ ਨੇ। ਹਾਂਜੀ ਮਲਿਕ ਸਾਹਿਬ, ਕੀ ਹਾਲ ਹੈ ਤੁਹਾਡਾ? ਠੀਕ ਹੋ? ਮਲਿਕ ਸਾਹਿਬ ਆ ਗਏ ਹੋ? ਲੋ ਮਲਿਕ ਸਾਹਿਬ, ਹੈ ਤੁਹਾਡੀ ਮਦਦ ਹੋ ਰਹੀ ਹੈ ਇਹਦਾ ਮਤਲਬ। ਮੀਆਂ ਸਾਹਿਬ ਲੱਗੇ ਦੇ ਨੇ ਤੁਹਾਡੀ ਮਦਦ ਕਰਾਉਣ। ਇਹ ਦਾਤਰ ਨਾਲ ਵੇਖੋ ਕਿੰਨੀ ਜਲਦੀ ਕਰਦੇ ਪਏ ਨਾ ਮੀਆਂ ਸਾਹਿਬ, ਅਤੇ ਮਲਿਕ ਸਾਹਿਬ ਪਿੱਛੇ ਪੱਠੇ ਪਾ ਰਹੇ ਨੇ। ਅਤੇ ਮੀਆਂ ਸਾਹਿਬ, ਇਹ ਕੀ ਤੁਸੀਂ ਆ ਪੱਠੇ ਪਾ ਕੇ ਕਿੰਨੇ ਕੁ ਡੰਗਰ ਰੱਖੇ ਦੇ ਜਿਨ੍ਹਾਂ ਲਈ ਆ ਪੱਠੇ ਕਰਦੇ? 10-12 ਡੰਗਰ ਹੈ ਨੇ, ਅਤੇ ਉਹਨਾਂ ਵਾਸਤੇ ਹੁਣ ਪੱਠੇ ਵੱਢੇ ਜਾਣ ਡੇ ਨੇ। ਅਤੇ ਉਹ 10-12 ਦੁੱਧ ਕਿੰਨੇ ਕੁ ਦਿੰਦੇ ਨੇ ਭਲਾ? 5 ਡੰਗਰ ਦੁੱਧ ਦੇਣ ਵਾਲੇ ਨੇ। 5 ਦੁੱਧ ਦੇਣ ਵਾਲੇ ਨੇ, ਅਤੇ ਬਾਕੀ ਬਾਕੀ ਕੋਈ ਪੁੱਛ ਵਾਲੇ ਨੇ, ਕੋਈ ਬੱਚੇ ਨੇ? ਸਹੀ ਹੋ ਗਿਆ। ਕੁਰਬਾਨੀ ਵਾਸਤੇ ਵੀ ਰੱਖੇ ਦੇ ਨੇ? ਮਾਸ਼ਾਅੱਲਾ ਜੀ ਮਾਸ਼ਾਅੱਲਾ। ਕੀ ਕੁਰਬਾਨੀ ਵਾਲੇ ਵੇਚਦੇ ਵੀ ਹੋ ਕਿ ਆਪੀ ਕੁਰਬਾਨ? ਸਹੀ ਹੈ ਸਹੀ ਹੈ, ਫਿਰ ਤਾਂ ਬੜੀ ਚੰਗੀ ਗੱਲ ਹੈ। ਜਿਹੜੀ ਕੁਰਬਾਨੀ ਦੇਣੀ ਹੈ, ਤੁਸੀਂ ਪੂਰਾ ਸਾਲ ਮਿਹਨਤ ਕਰਦੇ ਹੋ ਖੁਦ? ਹਾਂਜੀ ਹਾਂਜੀ ਬਿਲਕੁਲ। ਸਹੀ ਹੋ ਗਿਆ। ਅਤੇ ਉਹ ਇਹ ਜਿਹੜਾ ਤੁਸੀਂ ਇਹ ਦੁੱਧ ਵੇਚਦੇ ਹੋ ਕਿ ਨਹੀਂ? ਹਾਂ ਦੁੱਧ ਫਰੋਖਤ ਕਰੀਦਾ ਨਾ। ਸਹੀ ਹੋ ਗਿਆ। ਇਹ ਮਲਿਕ ਸਾਹਿਬ ਦੀ ਜ਼ਾਹਰ ਹੀ ਗੱਲ ਹੈ ਜੀ, ਮਲਿਕ ਸਾਹਿਬ ਨੂੰ ਤਨਖਾਹ ਵੀ ਦੇਣੀ ਹੈ, ਆਪਣਾ ਵੀ ਨਿਜ਼ਾਮ ਚਲਾਉਣਾ ਹੈ। ਤਨਖਾਹ ਤੇ ਫਿਰ ਸਾਰਾ ਨਿਜ਼ਾਮ ਚਲਾਉਣਾ ਜਾਨਵਰਾਂ ਤੋਂ। ਸਹੀ ਹੋ ਗਿਆ ਸਹੀ ਹੋ ਗਿਆ। ਅਤੇ ਕਿੰਝ ਦਿੰਦੇ ਹੋ ਦੁੱਧ ਕਿਲੋ ਤੁਸੀਂ? 120 ਰੁਪਏ ਕਿਲੋ। ਸਹੀ ਹੋ ਗਿਆ, ਖਾਲਸ ਦੁੱਧ 120 ਰੁਪਏ ਕਿਲੋ ਖਾਲਸ। ਅਤੇ ਇਹ ਮਲਿਕ ਸਾਹਿਬ ਨੇ ਧਾਰ ਕੱਢਣੀ ਹੈ ਜੀ? ਸਹੀ ਹੋ ਗਿਆ। ਅਤੇ ਮਲਿਕ ਸਾਹਿਬ ਨੇ ਹੀ ਤੋਲ ਕੇ ਦੇਣਾ ਦੁੱਧ? ਸਹੀ ਹੋ ਗਿਆ। ਅਤੇ ਇਹ ਤੁਹਾਡਾ ਕਿੰਝ ਨਿਜ਼ਾਮ ਚੱਲਦਾ ਜਿਹੜਾ ਤੁਸੀਂ ਦੁੱਧ ਇੰਨਾ ਵੇਚਦੇ ਹੋ? ਮਲਿਕ ਸਾਹਿਬ ਦੀ ਤਨਖਾਹ ਵੀ ਹੈ? ਹਾਂਜੀ ਦੁੱਧ ਵਾਲੀਆਂ। ਹਾਂਜੀ, ਅਤੇ 5 ਮਹੀਆਂ ਦਾ ਨਾ 50 ਕਿਲੋ ਦੁੱਧ ਬਣ ਜਾਂਦਾ ਦੋਵਾਂ ਟਾਈਮਾਂ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਠੀਕ ਹੈ ਠੀਕ ਹੋ ਗਿਆ। 10 ਕਿਲੋ ਘਰ ਰੱਖ ਲਈਦਾ। ਸਹੀ ਹੋ ਗਿਆ। ਅਤੇ 40 ਕਿਲੋ ਵੇਚਦੇ ਤਾਂ 40 ਕਿਲੋ ਦੁੱਧ ਜਿਹੜਾ ਤੁਸੀਂ ਵੇਚਦੇ ਹੋ? ਸਹੀ ਹੋ ਗਿਆ। ਸਾਡਾ ਬਣ ਜਾਂਦਾ ਜਾਨੀ ਕਿ 5,500-6,000 ਦਾ ਦੁੱਧ ਬਣ ਜਾਂਦਾ ਦਿਹਾੜੀ ਦਾ। ਠੀਕ ਹੋ ਗਿਆ ਠੀਕ ਹੋ ਗਿਆ। ਖੁਰਾਕ ਲੈ ਆਉਂਦੀ ਆ, ਵੰਡਾ ਛਿੰਡਾ ਲੈ ਆਉਂਦਾ ਮਹੀਆਂ ਵਾਸਤੇ। ਹਾਂਜੀ, ਬਕਾਇਆ ਕੋਈ ਤਨਖਾਹ ਸ਼ਨਖਾਹ ਤਾਂ ਕਰ ਲਈਦਾ, ਆਪਣਾ ਨਿਜ਼ਾਮ ਇੱਥੋਂ ਚਲਾ ਰਹੇ। ਯਾਨੀ ਕਿ ਸਹੀ ਨਿਜ਼ਾਮ ਚੱਲਦਾ ਪਿਆ ਇੱਥੇ, ਬਿਹਤਰੀਨ। ਵੇਖੋ ਜੀ ਇਹ ਤੁਹਾਨੂੰ ਯੂਰਪ ਸਾਡਾ ਇੱਥੇ ਯੂਰਪ ਬਣਿਆ ਦਾ। ਬਿਲਕੁਲ ਜੀ ਬਿਲਕੁਲ। ਵੇਖੋ ਜੀ ਨਾਜ਼ਰੀਨ, ਇਹ ਮੀਆਂ ਫਾਹਦ ਸਾਹਿਬ ਨੇ ਅਤੇ ਇਹ ਤੁਹਾਨੂੰ ਸਾਡੇ ਚੈਨਲ ਨੂੰ ਵੇਖਣ ਵਾਲੇ ਨੇ। ਹਾਂਜੀ, ਜੇ ਉਹਨਾਂ ਨੂੰ ਸਾਡੀ ਵੀਡੀਓ ਪਸੰਦ ਆਏ ਤਾਂ ਲਾਈਕ ਵੀ ਕਰਨ ਅਤੇ ਸਬਸਕ੍ਰਾਈਬ ਵੀ ਕਰਨ ਅਤੇ ਆਪਣੇ ਦੋਸਤਾਂ ਵਿੱਚ ਸ਼ੇਅਰ ਵੀ ਕਰਨ। ਲੋ ਵੀ ਨਾਜ਼ਰੀਨ, ਇਹ ਮੀਆਂ ਫਾਹਦ ਸਾਹਿਬ ਨੇ ਜੀ, ਜਿਨ੍ਹਾਂ ਨੇ ਤੁਹਾਨੂੰ ਆਪਣੇ ਹਾਲਾਤ ਦੇ ਬਾਰੇ ਵਿੱਚ ਅਗਾਹੀ ਦਿੱਤੀ ਹੈ। ਇਹ ਪਿੰਡ ਦਾ ਮਾਹੌਲ ਹੈ ਅਤੇ ਵੇਖੋ ਉਹਨਾਂ ਨੇ ਆਪਣਾ ਦੱਸਿਆ ਕਿ ਉਹ ਜ਼ਿੰਦਗੀ ਕਿਸ ਤਰ੍ਹਾਂ ਬਸਰ ਕਰ ਰਹੇ ਨੇ ਅਤੇ ਇਹਨਾਂ ਨੂੰ ਕਿਸ ਤਰ੍ਹਾਂ ਬਚਤ ਆ ਰਹੀ ਹੈ। ਅਤੇ ਇਹ ਇਹਨਾਂ ਨੇ ਮੀਆਂ ਸਾਹਿਬ ਦਾ ਚੈਨਲ ਹੈ, ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ, ਅਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰੋ। ਇਸ ਤਰ੍ਹਾਂ ਦੀਆਂ ਹੋਰ ਮਜ਼ੀਦ ਵੀਡੀਓ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਔਰ ਤੁਹਾਨੂੰ ਇਸ ਤਰ੍ਹਾਂ ਦੀਆਂ ਪਿੰਡ ਦੀ ਕੀ ਨਾਂ ਹੈ ਜੀ ਮੀਆਂ ਸਾਹਿਬ ਚੈਨਲ ਦਾ? ਵਿਲੇਜ ਕਲਚਰ। ਵਿਲੇਜ ਕਲਚਰ, ਦੇਖੋ ਜੀ ਮੀਆਂ ਸਾਹਿਬ ਦੇ ਚੈਨਲ ਦਾ ਨਾਂ ਹੈ ਵਿਲੇਜ ਕਲਚਰ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਮੀਆਂ ਸਾਹਿਬ ਨੂੰ ਸਪੋਰਟ ਕਰੋ ਤਾਂ ਕਿ ਮੀਆਂ ਸਾਹਿਬ ਤੁਹਾਨੂੰ ਇਸ ਤਰ੍ਹਾਂ ਦੀਆਂ ਅੱਗੇ ਵੀ। ਸਹੀ ਹੋ ਗਿਆ ਜੀ, ਇਹ ਬਿਲਕੁਲ ਜੀ ਬਿਲਕੁਲ ਇਹ ਪਿੰਡ ਦਾ ਮਾਹੌਲ ਹੈ। ਇਹ ਮਲਿਕ ਸਾਹਿਬ ਵੀ ਵੇਖ ਲਓ, ਨਾਲ ਹੀ ਛੱਪਰ ਇੱਕ, ਇਹ ਛੱਪਰ ਬਣਿਆ ਦਾ ਜੀ। ਇੱਥੇ ਕੀ ਡੰਗਰਾਂ ਨੂੰ ਛੱਡਦੇ ਹੋ ਮੀਆਂ ਸਾਹਿਬ? ਅੱਛਾ ਅੱਛਾ, ਇੱਥੇ ਠੀਕ ਹੋ ਗਿਆ, ਠੀਕ ਹੋ ਗਿਆ। ਯਾਨੀ ਕਿ ਲਹਿਦਾ ਪਾਣੀ ਦਾ ਨਿਜ਼ਾਮ ਕੀਤਾ ਦਾ। ਸਹੀ ਹੋ ਗਿਆ।